ਸਾਡੀ ਪਾਰਟੀ ਦੇ ਕੰਮ ਜਾ ਰਹੇ ਨੇ ਜਿਹੜਾ ਤੇਲ ਹੈ ਕੱਚਾ ਤੇਲ ਸਾਡੀ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਸਸਤਾ ਹੋ ਗਿਆ ਬਾਜੂ ਵੀ ਜਿਹੜੀ ਸਾਡੀ ਸਰਕਾਰ ਹੈ ਸਾਡੇ ਦੇਸ਼ ਦੀ ਸਰਕਾਰ ਹੈ ਇਹ ਦਰਸ਼ਨ ਹੈ ਜਿਹੜਾ ਖੜੀ ਦਾ ਦੇਰ ਪਿੱਛੇ ਨੂੰ ਜਮਾ ਜਿਵੇਂ ਕੰਮ ਨੂੰ ਦੱਸਿਆ ਮਾਤਾ ਨੇ ਜਾਰੀ ਕਰ ਦੋ ਸਮਝ ਨਹੀਂ ਆ ਰਹੀ ਜੀ ਬਈਆ ਕੀਰਤਾ ਦੇ ਖਿਲਾਫ ਹੈ ਔਰ ਨਾਲ ਹੀ ਜਿਹੜਾ ਕੇਂਦਰ ਸਰਕਾਰ ਜਿਹੜਾ ਐਮਐਸਪੀ ਕਿਸੇ ਖੇਤਰੀ ਉਹਦੇ ਖਿਲਾਫ ਹੈ ਔਰ ਨਾਲ ਹੀ ਜਿਹੜਾ ਯੂਪੀ ਦੇ ਅੰਦਰ ਪੰਜਾਬੀ ਕਿਸਾਨਾਂ ਨੂੰ ਯਾੜਿਆ ਜਾ ਰਿਹਾ ਉਹਦੇ ਖਿਲਾਫ ਹੈ ਤੇ ਨਾਲ ਹੀ ਜਿਹੜਾ ਬੈਂਕਾਂ ਦਾ ਜਿਹੜਾ ਹੈਗਾ ਉਹ ਦੁਬਾਲਾ ਕੱਢ ਰਹੇ ਨੇ ਜਿਹਨੇ ਜਿੰਨੇ ਵੀ ਮੋਦੀ ਦੇ ਸਮਰਥਕ ਬੰਦੇ ਉਹ ਪੈਸੇ ਲੈ ਕੇ ਮੋਟ ਤੋਂ ਬਾਹਰ ਭੱਜੀ ਜਾਂਦੇ ਨੇ ਆਮ ਲੋਕਾਂ ਦੇ ਜੇਬਾਂ ਦੇ ਡਾਕੇ ਮਾਰੇ ਜਾ ਰਹੇ ਨੇ ਔਰ ਕਰੋਨਾ ਦੇ ਨਾਂ ਦੇ ਥੱਲੇ ਜਿਹੜਾ ਹੈ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਹਕੂਕ ਹੈ ਉਹਨਾਂ ਨੂੰ ਖਤਮ ਕੀਤਾ ਹੋਇਆ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਰਕਾਰ ਦੇ ਕੰਨਾਂ ਤੇ ਕਰਵਾ ਚਾਉਣ ਵਾਸਤੇ ਆਪਣਾ ਇਹ ਪ੍ਰੋਗਰਾਮ ਕੀਤਾ ਹੈ ਨਜ਼ਾਰਾ ਸੀਪੀਆਈਐਮ ਵੱਲੋਂ ਸਾਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ ਰੋਸ ਨਜ਼ਾਰਾ ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਮੋਦੀ ਸਰਕਾਰ ਲਗਾਤਾਰ ਤੜਕੇ ਤੇ ਤੜਕੇ ਵਧਾ ਰਹੀ ਹੈ ਉਹਦੇ ਖਿਲਾਫ ਸਾਰੇ ਦੇਸ਼ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਹਨ ਤਾਂ ਕਿ ਜਿਹੜਾ ਲੋਕਾਂ ਨੂੰ ਰਾਹਤ ਮਿਲ ਸਕੇ ਡੀਜ਼ਲ ਤੇ ਪੈਟਰੋਲ ਦੇ ਰੇਟ ਘੱਟ ਸਕਣ ਦੂਜੀ ਸਾਡੀ ਮੰਗ ਇਹ ਹੈ ਕਿ ਜਿਹੜਾ ਡੀਜ਼ਲ ਤੇ ਪੈਟਰੋਲ ਹੈ ਇਹਨੂੰ GST ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਕਿ ਇਹਦੇ ਰੇਟ ਘਟਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇ ਜਿਹੜੀ ਮੋਦੀ ਸਰਕਾਰ ਹੈ ਇਹ ਲੁੱਟ ਰਹੀ ਹੈ ਲੋਕਾਂ ਨੂੰ ਤੇਲ ਪਿੱਛੇ ਸਾਰਾ ਕੁਝ ਇਹ ਜਿਹੜਾ ਉਹਦਾ ਨਿੱਜੀਕਰਨ ਕਰ ਰਹੀ ਹੈ ਚਾਰ ਚਫੇਰੇ ਤਾਂ ਕਿ ਜਿਹੜੇ ਲੋਕ ਹੈ ਉਹ ਦੇਸ਼ ਦੇ ਜਿਹੜੇ ਲੋਕ ਆ ਉਹ ਪਰੇਸ਼ਾਨ ਹੋਣ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਤੇਲ ਦੀਆਂ ਕੀਮਤਾਂ ਵੀ ਵੱਧ ਹੋਇਆ ਉਹ ਵੀ ਵਾਪਸ ਲਿਆ ਜਾਵੇ।